ਜ਼ਿੰਦਗੀ ਵਿੱਚ ਡਿੱਗ ਕੇ ਕਦੇ ਹੌਸਲਾ ਨਾ ਛੱਡੋ, ਕਿਉਂਕਿ ਜੇਕਰ ਇੱਥੇ ਦਰਦ ਮਿਲਿਆ ਹੈ ਤਾਂ ਦਵਾਈ ਵੀ ਜ਼ਰੂਰ ਮਿਲੇਗੀ। ਜ਼ਿੰਦਗੀ ਦਾ ਇਹ ਅਸੂਲ ਬਣਾ ਲਓ, ਜੋ ਤੁਹਾਨੂੰ ਛੱਡ ਦੇਵੇ ਉਸਨੂੰ ਤੁਸੀਂ ਵੀ ਭੁਲਾ ਦਿਓ। ਕਿਸੇ ਨੂੰ ਗੀਤਾ ਵਿੱਚ ਗਿਆਨ ਨਾ ਮਿਲਿਆ, ਕਿਸੇ ਨੂੰ ਕੁਰਾਨ ਵਿੱਚ ਇਮਾਨ ਨਾ ਮਿਲਿਆ, ਉਸ ਬੰਦੇ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ ਜਿਸ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲਿਆ। ਜਦੋਂ ਵੀ ਤੁਹਾਡਾ ਹੌਸਲਾ ਅਸਮਾਨ ਤੱਕ ਜਾਵੇਗਾ, ਯਾਦ ਰੱਖਿਓ ਕੋਈ ਨਾ ਕੋਈ ਤੁਹਾਡੇ ਖੰਭ ਕੱਟਣ ਲਈ ਜ਼ਰੂਰ ਆਵੇਗਾ। ਭਾਵੇਂ ਹੀ ਜ਼ਿੰਦਗੀ ਭਰ ਇਕੱਲੇ ਰਹਿ ਲਵੋ, ਪਰ ਜ਼ਬਰਦਸਤੀ ਕਿਸੇ ਨਾਲ ਰਿਸ਼ਤਾ ਨਿਭਾਉਣ ਦੀ ਜ਼ਿਆਦ ਨਾ ਕਰੋ। ਕਿਸੇ ਨੂੰ ਟੁੱਟ ਕੇ ਚਾਹੋ ਪਰ ਆਦਤ ਨਾ ਬਣਾਓ, ਕਿਉਂਕਿ ਆਦਤਾਂ ਬਦਲਣ ਵਿੱਚ ਇਨਸਾਨ ਬਿਲਕੁਲ ਟੁੱਟ ਜਾਂਦਾ ਹੈ। ਪੰਜ ਚੀਜ਼ਾਂ ਹੁਣੇ ਹੀ ਛੱਡ ਦਿਓ। ਸਭ ਨੂੰ ਖੁਸ਼ ਕਰਨਾ, ਦੂਸਰਿਆਂ ਤੋਂ ਜ਼ਿਆਦਾ ਉਮੀਦ ਰੱਖਣਾ, ਜ਼ਿੰਦਗੀ ਦੇ ਅਤੀਤ ਵਿੱਚ ਜਿਉਣਾ, ਆਪਣੇ ਆਪ ਨੂੰ ਕਿਸੇ ਹੋਰ ਤੋਂ ਘੱਟ ਸਮਝਣਾ ਅਤੇ ਬਹੁਤ ਜ਼ਿਆਦਾ ਸੋਚਣਾ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿਸੇ ਦੇ ਸਾਹਮਣੇ ਗਿੜਗਿੜਾਉਣ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਮੁਹੱਬਤ। ਇਸ ਲਈ ਆਪਣੇ ਆਤਮ ਸਨਮਾਨ ਨੂੰ ਜ਼ਿੰਦਾ ਰੱਖੋ। ਜੇਕਰ ਕੋਈ ਤੁਹਾਡੀ ਕਿਸਮਤ ਵਿੱਚ ਹੋਵੇਗਾ ਤਾਂ ਖੁਦ ਆ ਕੇ ਤੁਹਾਨੂੰ ਮਿਲੇਗਾ। ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਬੋਲੇ ਹੋ ਜਾਓ, ਕਿਉਂਕਿ ਜ਼ਿਆਦਾਤਰ ਲੋਕਾਂ ਦੀਆਂ ਗੱਲਾਂ ਸਾਡੇ ਮਨੋਬਲ ਨੂੰ ਤੋੜਨ ਵਾਲੀਆਂ ਹੁੰਦੀਆਂ ਨੇ। ਹੁਣ ਤਾਂ ਜਦੋਂ ਵੀ ਖੁਸ਼ੀ ਜੀ ਮਿਲਦੀ ਹੈ ਤਾਂ ਡਰ ਜਿਹਾ ਲੱਗਦਾ ਹੈ ਕਿ ਪਤਾ ਨਹੀਂ ਇਸ ਖੁਸ਼ੀ ਦੀ ਕਿਹੜੀ ਕੀਮਤ ਚੁਕਾਉਣੀ ਪਵੇਗੀ। ਕਿਸੇ ਨੂੰ ਹਰਾਉਣ ਦਾ ਸ਼ੌਂਕ ਨਾ ਰੱਖੋ, ਬਸ ਖੁਦ ਨੂੰ ਬੇਹਿਸਾਬ ਅੱਗੇ ਲਿਜਾਣ ਦੀ ਜ਼ਿੱਦ ਰੱਖੋ। ਕਦੇ ਹਾਰ ਨਾ ਮੰਨਣ ਦੀ ਆਦਤ ਹੀ ਇੱਕ ਦਿਨ ਜਿੱਤਣ ਦੀ ਆਦਤ ਬਣ ਜਾਂਦੀ ਹੈ। ਛੋਟੀਆਂ ਛੋਟੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਠੋਕਰ ਖਾਂਦਾ ਹੈ। ਜ਼ਿੰਦਗੀ ਵਿੱਚ ਸਾਰਾ ਝਗੜਾ ਹੀ ਖੁਆਇਸ਼ਾਂ ਦਾ ਹੈ, ਨਾ ਤਾਂ ਕਿਸੇ ਨੂੰ ਦੁੱਖ ਚਾਹੀਦੇ ਨੇ ਅਤੇ ਨਾ ਹੀ ਕਿਸੇ ਨੂੰ ਕਿਸੇ ਤੋਂ ਘੱਟ ਚਾਹੀਦਾ ਹੈ। ਕੌਣ ਕਹਿੰਦਾ ਹੈ ਕਿ ਤੁਸੀਂ ਭਗਵਾਨ ਬਣ ਜਾਓ, ਸਭ ਕੁਝ ਬਦਲ ਜਾਵੇਗਾ, ਬਸ ਤੁਸੀਂ ਇਨਸਾਨ ਬਣ ਜਾਓ। ਨੀਂਦ ਵੀ ਨਿਲਾਮ ਹੋ ਜਾਂਦੀ ਹੈ ਦਿਲਾਂ ਦੀ ਮਹਿਫਲ ਵਿੱਚ, ਕਿਸੇ ਨੂੰ ਭੁੱਲ ਕੇ ਸੌਣਾ ਇੰਨਾ ਸੌਖਾ ਨਹੀਂ ਹੁੰਦਾ। ਆਪਣੀ ਗਲਤੀ ਮੰਨਣ ਤੋਂ ਬਿਨਾਂ ਤੁਸੀਂ ਕਦੇ ਬਿਹਤਰ ਇਨਸਾਨ ਬਣ ਹੀ ਨਹੀਂ ਸਕਦੇ। ਇਨਸਾਨ ਸਭ ਕੁਝ ਭੁੱਲ ਸਕਦਾ ਹੈ ਬਿਨਾਂ ਉਸ ਸਮੇਂ ਦੇ ਜਦੋਂ ਉਸਨੂੰ ਆਪਣਿਆਂ ਦੀ ਜ਼ਰੂਰਤ ਸੀ ਅਤੇ ਉਹ ਉਸਦੇ ਨਾਲ ਨਹੀਂ ਸੀ। ਦੇਣਾ ਸ਼ੁਰੂ ਕਰ ਦਿਓ ਅਤੇ ਆਉਣਾ ਸ਼ੁਰੂ ਹੋ ਜਾਵੇਗਾ, ਇੱਜ਼ਤ ਵੀ ਅਤੇ ਦੌਲਤ ਵੀ। ਕਿਸੇ ਵਿਅਕਤੀ ਦੇ ਪ੍ਰਤੀ ਇੰਨਾ ਵੀ ਸਮਰਪਣ ਨਹੀਂ ਹੋਣਾ ਚਾਹੀਦਾ ਕਿ ਇੱਕ ਦਿਨ ਤੁਸੀਂ ਆਪਣੇ ਆਪ ਨੂੰ ਹੀ ਗਵਾ ਦੇਵੋ। ਜ਼ਿੰਦਗੀ ਦਾ ਔਖਾ ਦੌਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਦੀ ਤਲਾਸ਼ ਕਰ ਰਹੇ ਹੁੰਦੇ ਹੋ। ਹੰਕਾਰ ਵਿੱਚ ਡੁੱਬੇ ਇਨਸਾਨ ਨੂੰ ਨਾ ਤਾਂ ਖੁਦ ਦੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ ਅਤੇ ਨਾ ਹੀ ਦੂਸਰਿਆਂ ਦੀਆਂ ਚੰਗਿਆਈਆਂ ਦਿਖਾਈ ਦਿੰਦੀਆਂ ਨੇ। ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਇਨਸਾਨ ਨੂੰ ਆਪਣੀ ਆਦਤ ਨਾ ਬਣਾਓ, ਕਿਉਂਕਿ ਜਦੋਂ ਉਹ ਇਨਸਾਨ ਬਦਲਦਾ ਹੈ ਤਾਂ ਤੁਹਾਨੂੰ ਉਸ ਨਾਲੋਂ ਜ਼ਿਆਦਾ ਆਪਣੇ ਆਪ 'ਤੇ ਗੁੱਸਾ ਆਉਂਦਾ ਹੈ। ਜ਼ਿੰਦਗੀ ਜਿੰਨੀ ਔਖੀ ਹੋਵੇਗੀ ਤੁਸੀਂ ਉਨੇ ਹੀ ਮਜ਼ਬੂਤ ਬਣੋਗੇ, ਅਤੇ ਤੁਸੀਂ ਜਿੰਨੇ ਮਜ਼ਬੂਤ ਬਣੋਗੇ ਤਾਂ ਜ਼ਿੰਦਗੀ ਉਨੀ ਹੀ ਸੌਖੀ ਹੋ ਜਾਵੇਗੀ।
इस दुनिया विच कोई किसी का नहीं हुंदा। लख निभा लवो भावें रिश्ते, कोई अपना नहीं हुंदा। जो हर किसी का हो जाए उसका ना होना ही बेहतर हुंदा है। बहुत दूर तक जाना पैंदा है सिर्फ ये जानने लई कि नज़दीक कौन है। वक्त तुहाडा है, चाहे तो सोना बना लो, चाहे सौण विच गुजार दिओ। बुरा करन दा विचार आवे तो कल ते छड़ दिओ, चंगा करन दा विचार आवे तो अज ही कर दिओ। पिठ हमेशा मजबूत रखनी चाहीदी है, क्योंकि शाबाशी ते धोखा दोनों पिठ पिछे ही मिलते ने। सच्चे इंसान नूं झूठे इंसान तो अक्सर ज़्यादा सफाई देनी पैंदी है। सच नूं तमीज़ ही नहीं गल करदी, झूठ नूं देखो किन्ना मिठा बोलदा है। परखो तां कोई अपना नहीं, समझो तां कोई बेगाना नहीं। कई बार मन करदा है कि हार मान लवां, पर फिर याद आउंदा है कि हले तां मैं बहुत लोकां नूं गलत साबित करना है। ये वो दौर है जिथे मासूमियत नूं बेवकूफ़ी कहा जाता है। अपनी उम्र ते पैसों का कदी हंकार ना करो, क्योंकि जिहड़ियां चीज़ां गिणियां जा सकन वो खत्म भी हो जांदियां ने। मेरी मंजिल मेरे कोल है, इसका मैनू एहसास है। घमंड नहीं है मैनू मेरे इरादियां ते, ये मेरी सोच ते हौसले का विश्वास है। अद्धी जिंदगी गुजार दित्ती असी पढ़दे पढ़दे, पर सिख्या की एक दूजे नू नीवां दिखाउणा। जिंदगी विच इन्ना कु संघर्ष तां कर ही लैणा चाहीदा कि अपने बच्चियां दा आत्म विश्वास वधाउण लई सानू दूजियां दी उदाहरण ना देनी पवे। दूजियां दे बुरे समें ते हसण वालियां नू ये याद रखना चाहीदा कि समा जदों भी शिकार करदा है वो हर दिशा तो वार करदा है। मां बाप दी नसीहत सब नू बुरी लगती है, पर मां बाप दी वसीयत सब नू चंगी लगती है। उड़ा दिंदियां ने नींदां कुछ जिम्मेवारियां कर दियां। रात नू जागण वाला हर शख्स आशिक नहीं हुंदा। उम्मीद सानू कदे भी छड़ के नहीं जांदी, बस असी ही उम्मीद नू छड़ दिंदे आं। दुनिया दे सब तो मुश्किल कम्मां विच्चों एक है समझदारां नू समझना। लोक बदलदे नहीं, बस बेनकाब हुंदे ने। कदर करन वाले नू हमेशा बेकदरी लोग ही मिलदे ने। कदे भी किसी दे प्रभाव विच ना जियो, इह जिंदगी तुहाडी है, बस अपने सुभाव विच जियो। अक्सर इकलेपण तो उही गुजरदा है जो जिंदगी विच सही फैसलियां नू चुणदा है। जिंदगी दी दौड़ विच जिहड़े लोग तुहानू दौड़ के नहीं हरा सकदे, उही तुहानू तोड़ के हराउण दी कोशिश करदे ने। उपर वाला मौज विच आ जावे तां सरताज बना दिंदा है, ते जेकर थोड़ी जी नज़र फेर लई तां मुहताज बना दिंदा है। अपनी जिंदगी तो कदे भी निराश ना होवो, की पता तुहाडे वर्गी जिंदगी दूजे लोकां दा सुपना होवे। बहुत मजबूत हो जांदे ने उह लोक जो अंदर तो टुट जांदे ने। जिंदगी नूं इन्नी सस्ती ना बनाओ
कि दो कौड़ी दे लोग तुहाड़े दिल नाल खिड़ के चले जान। हमेशा याद रखो, जेकर तुसी को चंगा सुन रहे हो तां तुसी पंजाबी अल्फाज सुन रहे हो। इस तरह दियां वीडियोज़ लई चैनल नूं सबसक्राइब करो। जल्दी मिलते हैं अगली वीडियो दे नाल। अपना ख्याल रखो। धन्यवाद।